जिन्ना सास गिरास ना विसरे, हर नाम मन मंत तन से नानका पूरन सोई संत कबीर सेवा को दो पले एक संत मुकद को संत जपावे नानक कचड़िया सियो तो ढूंढ सजन संत पक्या बंदे बिछड़े ओए मोया न जाई छोड़ निमाण्यों के मान सतगुरु नेताण्यों के तान जियो संत साहिब माता जी दी तीसरे साल दी ये मिठी याद जिहड़े हर एक दे दिल विच वसे हुए हैं जिन्हां दी एक झलक किसी नूं प्राप्त हो जाए तां तन मन ठंडा हो जांदा है जिन्हां दी हर स्वास दे विच केवल नाम सिमरन से जिन्हां दे हाथ पैर सेवा दे विच लगे रहंदे सन सत संग विच जाने विच लगे रहंदे सन हर वक्त अपने गुरसिखां दा अपने बच्चियां दा किस तरह भला होवे किस तरह इन्हां दा जीवन उच्चा ते सुच्चा हो जाए इसे उदम नूं लैके ही ओ अपने मुर्शद साडे सब दे मालक दे नाल सांझ करके साडे जीवन नूं सवार दे रहे सेहत किस तरह सी पर कितना वड्डा त्याग उस समा जिहड़ा अखां च आंदा है कि अपने सारे शरीरक दुख भुल के हर सेवा लई हर उदम लई सब तो अगे खड़े होंदे ते यही समझांदे बच्चियो सब वड्याईयां हर नाम विच ओ नाम तो तुसी अपने हिरदे च वसाओ ते उन्हां दी हर स्वास उस मालक दे चरणां च अरदास जोधड़ी बेनती ले लई के उस सतगुरु दी उस मालक दी जिहड़ी जोत है साडे हिरदे च वस जाए
ਉਹ ਤਰ੍ਹਾਂ ਤਰ੍ਹਾਂ ਦੇ ਵਸੀਲੇ ਬਣਾਉਂਦੇ, ਉਦਮ ਕਰਾਂਦੇ, ਆਪ ਕਰਦੇ, ਹੋਰਾਂ ਨੂੰ ਕਰਾਂਦੇ ਕਿ ਬੱਚੇ ਸੰਸਾਰ ਦੀ ਇਸ ਮਿਰਗ ਤ੍ਰਿਸ਼ਨਾ ਤੋਂ ਦੂਰ ਹੋ ਕੇ, ਇਨ ਸੰਸਾਰ ਦੇ ਰੁਝੇਵਿਆਂ ਤੋਂ ਬਚ ਕੇ ਉਸ ਮਾਲਕ ਦੀ ਸ਼ਰਨ 'ਚ ਪੈ ਜਾਵਨ ਜਿੱਥੇ ਸੁੱਖ ਹੀ ਸੁੱਖ ਹੈ। ਆਓ ਅਸੀਂ ਵੀ ਸਾਰੇ ਜੋ ਸੰਤ ਸਾਹਿਬ ਮਾਤਾ ਜੀ ਮੰਗਦੇ ਸਨ, ਅਸੀਂ ਵੀ ਸਾਰੇ ਪਿਆਰ ਨਾਲ ਪੜ੍ਹੀਏ ਅਤੇ ਉਸ ਮਾਲਕ ਦੇ ਚਰਣਾਂ 'ਚ ਬੇਨਤੀ ਕਰੀਏ। ਸਾਧੂ ਜਨ ਦੇਹੋ ਮਿਲਾਏ, ਮਾਧੋ ਸਾਧੂ ਜਨ ਦੇਹੋ ਮਿਲਾਏ, ਸਭ ਨਾਸੈ ਦੇਖਤ ਦਰਸੈ ਪਾਪ ਸਭ ਨਾਸੈ, ਦੇਖਤ ਦਰਸ ਦੇਖਤ ਦਰਸ ਦੇਖਤ ਦਰਸ ਦੇਖਤ ਦਰਸ ਪਾਪ ਸਭ ਸਮਾਨੀ ਮਾਧੋ ਸਾ
लागे नगरिया राम नाम तन हिरिया राम नाम तन हिरिया गुरमत खोज परे तप पकरे साबत रास उबरिया उबरिया सन साबत रास उबरिया उबरिया सन साबत रास उबरिया माधो साधु जन दे उपाव कर था पाखंड परम उपाव कर था पाखंड परम उपाव कर था पाखंड परम उपाव कर था साधु पुरख पुरख पत पाया साधु पुरख पुरख पत पाया अज्ञान अंधेर गवाया गवाया अज्ञान जगन्नाथ जगदीश गोसाई जगन्नाथ जगदीश गोसाई कर कृपा साध मिलावे मिलावे कर कृपा गुण गावे
ਰਤਨ ਕੋਠੜੀ ਗੜ ਮੰਦਰ ਏਕ ਲੁਕਾਨੀ ਸਤਿਗੁਰ ਮਿਲੇ ਤਾਂ ਖੋਜੀਐ ਸਤਿਗੁਰ ਮਿਲੀਐ ਸਤਿਗੁਰ ਮਿਲੇ ਤਾਂ ਖੋਜੀਐ ਮਿਲ ਜੋਤੀ ਜੋਤ ਸਮਾਨੀ ਮਾਧੋ ਸਵਾਸ ਸਵਾਸ ਸਿਮਰਨ ਕਰਦੇ ਰਹੇ ਉਹਨਾਂ ਦੇ ਹਰ ਰੋਮ ਚੋਂ ਚਾਰ ਅੱਖਰਾਂ ਦਾ ਨਾਮ ਚੱਲਦਾ ਸੀ। ਕਹਿੰਦੇ ਨੇ ਸਰੀਰ ਦੇ ਵਿੱਚ 7 ਕਰੋੜ ਰੋਮ ਹਨ, ਅਤੇ ਜਿਨ੍ਹਾਂ ਦੇ ਅੰਦਰ ਗੁਰੂ ਦੀ ਜੋਤ ਹੈ, ਸੱਚ ਦੀ ਮੂਰਤ ਹੈ, ਉਹਨਾਂ ਨੇ ਇਸ ਗੱਲ ਨੂੰ ਪਛਾਣਿਆ। ਜੇ ਸਤਿਕਾਰਯੋਗ ਭਾਈ ਸਾਹਿਬ ਭਾਈ ਜਗਾਦਰੀ ਵਾਲੇ ਹਰਬੰਸ ਸਿੰਘ ਜੀ ਆਏ ਅਤੇ ਜਿਸ ਵੇਲੇ ਸੰਤ ਮਾਤਾ ਜੀ ਨੂੰ ਨਮਸਕਾਰ ਕੀਤਾ ਅਤੇ ਆ ਕੇ ਪਿੱਛੇ ਪੰਡਾਲ 'ਚ ਬੈਠ ਗਏ ਜਲ ਪਾਨ ਕਰਨ ਲਈ, ਤਾਂ ਕਹਿਣ ਲੱਗੇ ਵਾਹ ਵਾਹ, ਮਾਤਾ ਜੀ ਦੇ ਨਜ਼ਦੀਕ ਮੈਂ ਜਾ ਕੇ ਜੋ ਆਨੰਦ ਮਹਿਸੂਸ ਕੀਤਾ ਹੈ ਕਿ ਉਹਨਾਂ ਦੇ ਸਰੀਰ ਦੇ ਵਿੱਚੋਂ 4 ਅੱਖਰਾਂ ਦੀ ਆਵਾਜ਼ ਆ ਰਹੀ ਹੈ। ਉਹ ਰਾਮ ਨਾਮ ਦੀ ਦੂਸਰੀ ਮੂਰਤ ਸਨ, ਮੇਰੇ ਸਤਿਗੁਰਾਂ ਦੀ ਦੇਹੁਰੀ ਅੰਮ੍ਰਿਤ, ਉਧਰ ਅੰਮ੍ਰਿਤ ਵਰਸਦਾ ਸੀ ਹਰ ਵਕਤ, ਉਹ ਅੰਮ੍ਰਿਤ ਦਾ ਭੰਡਾਰ ਸਨ। ਇਸ ਲਈ ਸਾਡਾ ਦਿਲ ਕਰਦਾ ਸੀ, ਉਹਨਾਂ ਦਾ ਜਿਹੜਾ ਔਰਾ ਸੀ ਐਸਾ ਦਿਲ ਨੂੰ ਪਾਉਂਦਾ ਸੀ ਕਿ ਦਿਲ ਕਰਦਾ ਸੀ ਬਾਰ ਬਾਰ ਜਾ ਕੇ ਦਰਸ਼ਨ ਕਰੀਏ। ਉਹਨਾਂ ਦੇ ਕੋਲ ਰਹਿੰਦੇ ਸਾਂ ਤਾਂ ਬੇਫਿਕਰੀਆਂ ਹੀ ਬੇਫਿਕਰੀਆਂ ਹੁੰਦੀਆਂ ਸਨ। ਉਹ ਐਸੀ ਮਾਂ ਸੀ, ਉਸਦੀ ਐਸੀ ਠੰਡੀ ਛਾਂ ਸੀ ਕਿ ਜਿਸ ਨੇ ਉਹਨਾਂ ਦਾ ਪੱਲਾ ਫੜਿਆ ਫਿਰ ਉਹ ਸਦਾ ਲਈ ਬੇਫਿਕਰ ਹੋ ਗਿਆ। ਅਸੀਂ ਸੰਸਾਰ ਦੀਆਂ ਦੁੱਖਾਂ ਨੂੰ, ਸੰਸਾਰ ਦੀਆਂ ਲੋੜਾਂ ਨੂੰ ਮੁੱਖ ਰੱਖਦੇ ਹੋਏ ਉਹਨਾਂ ਕੋਲ ਜਾਈਏ, ਹੱਥ ਜੋੜ ਕੇ ਖੜ੍ਹੇ ਹੋ ਜਾਈਏ ਅਤੇ ਆਪਣੀ ਬੇਨਤੀ ਕਰਨ ਦਾ ਪ੍ਰਯਾਸ ਕਰੀਏ ਕਿ ਬਈ ਸਾਡੀ ਗੱਲ ਸੁਣਨ। ਅਤੇ ਮਾਤਾ ਜੀ ਪੇਛ ਪੁੱਛਣ ਕਿ ਤੂੰ ਬਾਬੇ ਡੇਰੇ ਕਦੋਂ ਗਿਆ ਸੀ, ਕੀ ਹਾਜ਼ਰੀ ਹੈ ਤੇਰੀ ਉਧਰ। ਉਹ ਕੁੰਜੀ, ਉਹ ਚਾਬੀ ਦੇਣਾ ਚਾਹੁੰਦੇ ਸਨ ਕਿ ਇਹਨਾਂ ਬੱਚਿਆਂ ਨੂੰ ਬਾਰ ਬਾਰ ਤਕਲੀਫ ਹੀ ਨਾ ਹੋਵੇ। ਪਰ ਅਸੀਂ ਚੁੱਕੇ ਇਹ ਚਾਹੁੰਦੇ ਹਾਂ ਕਿ ਸਾਡੀ ਲੋੜ ਪੂਰੀ ਹੋ ਜਾਏ, ਸਾਡੇ ਉਹ ਝੋਲੀ ਸਾਨੂੰ ਵਚਨ ਪਾ ਦੇਣ, ਜੇ ਸਾਡਾ ਜੀਵਨ ਬਣ ਜਾਏ, ਸਾਡੇ ਦੁੱਖ ਦੂਰ ਹੋ ਜਾਣ, ਸਾਡੇ ਕੋਲ ਹਰ ਚੀਜ਼ ਦੀ ਸਮਰੱਥਾ ਹੋ ਜਾਏ, ਚਾਹੇ ਮਾਇਆ ਦੀ ਹੈ, ਚਾਹੇ ਸੰਸਾਰ ਦੀ ਹੈ, ਪਰਿਵਾਰ ਦੀ ਹੈ, ਵਿਆਪਾਰ ਦੀ ਹੈ, ਸਮਾਜ ਦੀ ਹੈ, ਸਰੀਰ ਦੀ ਹੈ। ਪਰ ਸੰਤ ਸਾਹਿਬ ਮਾਤਾ ਜੀ ਗੱਲਾਂ ਕਰਦੇ ਕਰਦੇ ਬਸ ਆਪਣੇ ਮਾਲਕ ਦੀ ਹੀ ਗੱਲਾਂ ਕਰਨ। ਉਹ ਇਹੀ ਕਹਿੰਦੇ ਸਨ, ਸਾਧੂ ਜਨ ਦੇਹੋ ਮਿਲਾਏ, ਮੇਰੀ ਜਿਹੜੀ ਪ੍ਰੀਤ ਹੈ ਬਸ ਇੱਕ ਸਤਿਗੁਰੂ ਦੇ ਹੀ ਦਰਸ਼ਨ। ਉਹ ਗੁਰਸਿੱਖ ਕੋਲ ਵੀ ਇਸੀ ਕਰਕੇ ਪੁੱਛਦੇ ਸਨ ਕਿ ਜੇ ਬਚਨ ਹੋਣਗੇ
ਤਾਂ ਉਹ ਵੀ ਬਾਬੇ ਡੇਰੇ ਦੀ ਯਾਦ ਆਏਗੀ। ਉਹ ਆਪ ਵੀ ਇਹੀ ਕਹਿੰਦੇ ਸਨ ਕਿ ਹਰ ਗੁਰਸਿੱਖ 'ਚ ਤੁਸੀਂ ਸਤਿਗੁਰੂ ਭਗਵਾਨ ਦਾਸ ਜੀ ਦੇ ਦਰਸ਼ਨ ਕਰਿਆ ਕਰੋ। ਉਹਨਾਂ ਦੀ ਉਹ ਅਵਸਥਾ ਸੀ ਸਾਚ ਨਾਮ ਮੇਰਾ ਮਨ ਲਾਗਾ, ਲੋਗਨ ਸਿਓ ਮੇਰਾ ਠਾਠਾ ਬਾਗਾ। ਸਾਡੇ ਨਾਲ ਤਾਂ ਬਸ ਇੱਕ ਬਾਤ ਚੀਤਰ ਨਿਰਵਾਹ ਲਈ ਕਦਰ ਕਰਦੇ ਸਨ, ਬਾਹਰੋਂ ਵੇਖਣ ਵਿੱਚ ਸਾਰਿਆਂ ਨਾਲ ਮੇਲ ਮਿਲਾਪ ਰੱਖਿਆ ਹੋਇਆ ਹੈ, ਪਰ ਅਸਲ ਵਿੱਚ ਕੋਲ ਫੁੱਲ ਵਾਂਗੂ ਸਾਰਿਆਂ ਤੋਂ ਨਿਰਲੇਪ ਹਨ। ਮਨ ਉਹਨਾਂ ਦਾ ਹਰ ਵਕਤ ਆਪਣੇ ਮਾਲਕ ਦੇ ਨਾਲ ਹੀ ਜੁੜਿਆ ਰਹਿੰਦਾ ਸੀ। ਗੁਰੂ ਦੀਆਂ ਹੀ ਗੱਲਾਂ ਕਰਨਾ, ਗੁਰੂ ਦੀਆਂ ਹੀ ਸਾਖੀਆਂ ਕਰਨਾ, ਅਤੇ ਗੁਰਪੁਰਬ ਤਿੰਨ ਤਿੰਨ ਚਾਰ ਚਾਰ ਮਹੀਨੇ ਦੂਰ ਹੋਵੇ ਅਤੇ ਤਿੰਨ ਤਿੰਨ ਚਾਰ ਮਹੀਨੇ ਪਹਿਲੇ ਹੀ ਗੁਰਪੁਰਬ ਦੀਆਂ ਗੱਲਾਂ ਕਰਨੀਆਂ। ਬੱਚਿਓ, ਕਿਸ ਤਰ੍ਹਾਂ ਪ੍ਰੋਗਰਾਮ ਰੱਖੇ ਹਨ ਤੁਸੀਂ? ਉਸ ਮਾਂ ਦੀ ਠੰਡੀ ਛਾਵਾਂ ਸਾਨੂੰ ਪ੍ਰਾਪਤ ਹੋਈਆਂ, ਸਾਡੀਆਂ ਮਨ ਦੀਆਂ ਮੁਰਾਦਾਂ ਪੂਰੀਆਂ ਹੋਈਆਂ, ਸਾਡੇ ਦੁੱਖ ਦੂਰ ਹੋਏ, ਸਭ ਦੀਆਂ ਝੋਲੀਆਂ ਉਸ ਮਾਂ ਨੇ ਭਰ ਦਿੱਤੀਆਂ। ਜਿੱਤੜੇ ਫਲ ਮਨ ਬਾਚੀਏ, ਤਿੱਤੜੇ ਸਤਿਗੁਰ ਪਾਸ। ਜਿਹੜਾ ਕੋਈ ਜਿਹੜਾ ਵੀ ਰੋਗ ਲੈ ਕੇ ਆਇਆ, ਸਰੀਰਕ ਰੋਗ ਸੀ, ਮਾਨਸਿਕ ਰੋਗ ਸੀ, ਘਰ ਦਾ ਰੋਗ ਸੀ, ਸੰਤ ਸਾਹਿਬ ਮਾਤਾ ਜੀ ਨੇ ਉਸ ਨੂੰ ਕਿਹਾ ਕਿ ਬੱਚਿਆ, ਜੋ ਸਤਿਗੁਰਾਂ ਦਾ ਵਚਨ ਹੈ, ਪਰ ਅੰਨ ਪਰ ਧਨ ਅਤੇ ਪਰ ਧਨ ਤੋਂ ਬਚਣਾ, ਇਹ ਰਹਿਣੀਆਂ ਵਿੱਚ ਰਹੋ ਅਤੇ ਗੁਰੂ ਦੇ ਨਾਲ ਜੁੜ ਜਾਓ ਅਤੇ ਫਿਰ ਤੁਹਾਨੂੰ ਕਿਸੇ ਗੱਲ ਦਾ ਘਾਟਾ ਨਹੀਂ ਹੈ। ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰੋ, ਅਤੇ ਗੁਰਸਿੱਖ ਇਹੀ ਗੱਲ ਕਰੇ ਕਿ ਮਾਤਾ ਜੀ, ਮੈਨੂੰ ਇਹ ਤਕਲੀਫ ਹੈ, ਅਤੇ ਮਾਤਾ ਜੀ ਕਿਤਨੀ ਵੱਡੀ ਤੋਂ ਵੱਡੀ ਤਕਲੀਫ ਹੋਵੇ, ਕਹਿੰਦੇ ਕੋਈ ਗੱਲ ਨਹੀਂ, ਕਾਨਪੁਰ ਦਾ ਬੱਚਾ ਅਨਿਲ ਜਿਸ ਵਕਤ ਮਾਤਾ ਜੀ ਦੇ ਨਜ਼ਦੀਕ ਹੋਇਆ ਅਤੇ ਕਹਿਣ ਲੱਗਾ, ਮਾਤਾ ਜੀ ਮੈਨੂੰ ਤਾਂ ਰਾਤ ਨੂੰ ਸੋਨਾ ਹਾਂ ਤਾਂ ਐਸਾ ਲੱਗਦਾ ਹੈ ਕਿ ਕਿਤਨੀਆਂ ਹੀ ਕਾਲੀਆਂ ਜਾਦੂ ਜਮਦੂਤ ਮੇਰੇ ਨਾਲ ਚਿਮੜ ਜਾਂਦੇ ਹਨ, ਮੇਰਾ ਸਾਰਾ ਸਰੀਰ ਜਿਹੜਾ ਹੈ ਬਰਫ਼ ਵਾਂਗੂੰ ਠੰਡਾ ਹੋ ਜਾਂਦਾ ਹੈ, ਸਰੀਰ ਦੀ ਇੱਕ ਉਂਗਲੀ ਇੱਕ ਅੰਗੂਠਾ ਨਹੀਂ ਹਿਲਦਾ ਹੈ, ਐਸਾ ਹੀ ਕੋਈ ਜਾਦੂ ਮੇਰੇ ਉੱਪਰ ਛਾ ਜਾਂਦਾ ਹੈ, ਮੈਂ ਕੁਛ ਕਰ ਨਹੀਂ ਸਕਦਾ। ਅਤੇ ਫਿਰ ਜਦੋਂ ਅੰਦਰੋਂ ਆਵਾਜ਼ ਚੱਲਦੀ ਹੈ ਅਤੇ ਦਿਲ ਦਿਲ ਵਿੱਚ ਇੱਕ ਆਵਾਜ਼ ਨਿਕਲਦੀ ਹੈ, ਤਾਰਿਆ ਜਹਾਨ ਲਿਆ ਬਿਮਾਨ, ਜਿੰਨੀ ਦਰਸ਼ਨ ਪਾਇਆ ਜਿੰਨੀ ਤੁਧ ਨੂੰ ਧੰਨ ਕਿਹਾ ਤਿੰਨ ਜਮ ਨੇੜਨਾ। ਉਹ ਗੁਰੂ ਉਪਦੇਸ਼ ਮੁੱਖ 'ਚੋਂ ਨਹੀਂ ਨਿਕਲ ਪਾਉਂਦਾ ਪਰ ਅੰਦਰ ਹੀ ਅੰਦਰ ਚੱਲਦਾ ਹੈ। ਅਤੇ ਫਿਰ ਬੜੀ ਦੇਰ ਬਾਅਦ ਉਹ ਮੇਰਾ ਕਾਲਾ ਜਾਦੂ ਤੁਸੀਂ ਕਹਿ ਲਓ, ਸਾਰੇ ਜਿਹੜੀਆਂ ਸਨ ਜਾਮਨ ਤਾਂ ਛੱਡਦੇ ਹਨ, ਅਤੇ ਬੜਾ ਟਾਈਮ ਹੋ ਗਿਆ ਹੈ, ਮੈਂ ਕੀ ਕਰਾਂ? ਅਤੇ ਮਾਤਾ ਜੀ ਨੇ ਪੁੱਛਿਆ, ਬੱਚਿਆ ਤੂੰ ਰਹਿਣੀਆਂ ਵਿੱਚ ਹੈ? ਕਹਿੰਦੇ ਹਾਂਜੀ ਮੈਂ ਰਹਿਣੀਆਂ 'ਚ ਹਾਂ। ਕਹਿੰਦੇ ਫਿਰ ਸੋਚ ਲੈ, ਕੁਛ ਇੱਧਰ ਉੱਧਰ ਦੀ ਚੀਜ਼ਾਂ ਖਾਂਦਾ ਹੈ? ਦੋ ਤਿੰਨ ਵਾਰ ਪੁੱਛਿਆ, ਦੋ ਤਿੰਨ ਵਾਰ ਉਸਨੇ ਮਨਾ ਕੀਤਾ, ਫਿਰ ਮਾਤਾ ਜੀ ਕਹਿਣ ਲੱਗੇ ਤੂੰ ਕਾਨਪੁਰ 'ਚ ਰਹਿਣਾ ਹੈ, ਸੋਚ ਲੈ। ਅਤੇ ਜਦੋਂ ਮਾਤਾ ਜੀ ਨੇ ਗਿਆਨ ਬਖਸ਼ਿਆ ਤਾਂ ਹੱਥ ਜੁੜ ਗਏ, ਕਹਿਣ ਲੱਗਿਆ ਹਾਂਜੀ ਮੈਂ ਗੁਟਕਾ ਖਾਂਦਾ ਹਾਂ। ਮਾਤਾ ਜੀ ਕਹਿੰਦੇ ਨਜ਼ਦੀਕ ਆ ਅਤੇ ਆਪਣੇ ਕੋਮਲ ਹੱਥ ਉਸਦੇ ਸਿਰ 'ਤੇ ਰੱਖੇ ਅਤੇ ਉਸਦੀ ਅੱਖਾਂ ਦੇ ਪਲਕਾਂ ਚੁੱਕੀਆਂ ਆਪਣੇ ਕੋਮਲ ਹੱਥਾਂ ਦੇ ਨਾਲ,
ਦੋਨੇ ਅੱਖਾਂ ਦੇ ਵਿੱਚ ਦੇਖਿਆ ਅਤੇ ਐਸੀ ਨਿਗਾਹ ਪਾਈ, ਕਹਿਣ ਲੱਗੇ ਅੱਜ ਸਵੇਰੇ ਕਥਾ ਸੁਣੀਆਂ ਜੀ ਮਾਤਾ ਜੀ। ਕਿਹੜੀ ਕਥਾ ਹੋ ਰਹੀ ਸੀ? ਮਾਤਾ ਜੀ, ਸਤਿਗੁਰੂ ਬਾਲਕ ਸਿੰਘ ਜੀ ਦੇ ਟਾਈਮ ਭਾਈ ਧਨੀ ਰਾਮ ਜੀ ਦੇ ਕੋਲ ਜਿਹੜੀ ਮਾਈ ਆਈ, ਉਸਨੂੰ ਵੀ ਇਹ ਪਰੇਸ਼ਾਨੀ ਸੀ। ਕਹਿੰਦੇ ਨੇ ਫਿਰ ਕੀ ਵਚਨ ਕੀਤਾ ਸੀ ਭਾਈ ਧਨੀ ਰਾਮ ਜੀ ਨੇ? ਯਾਦ ਆ ਗਿਆ ਕਿ ਗੁੜ ਦਾ ਪ੍ਰਸ਼ਾਦ ਖਾਣਾ ਹੈ 7 ਦਿਨ, ਅਤੇ ਕਹਿੰਦੇ ਨੇ ਬਸ ਤੂਨੇ ਵੀ ਉਹੀ ਵਚਨ ਹਨ, ਤੂੰ ਵੀ ਘਰ ਜਾਣਾ ਅਤੇ ਗੁੜ ਦਾ ਪ੍ਰਸ਼ਾਦ ਖਾਣਾ ਅਤੇ ਜਿਹੜੀਆਂ ਇਹ ਚੀਜ਼ਾਂ ਖਾਂਦੇ ਉਹਨਾਂ ਨੂੰ ਛੋੜ ਦਿਉ। ਬੱਚਿਓ, ਤੁਸੀਂ ਗੁਰੂ ਦੇ ਲਾਲ ਹੋ, ਬਾਬੇ ਡੇਰੇ ਦੀਆਂ ਹਾਜ਼ਰੀਆਂ ਭਰੋ। ਬਾਣੀ 'ਚ ਕੀ ਲਿਖਿਆ ਹੈ? ਤਾਰਿਆ ਜਹਾਨ ਲਿਆ ਅਭਿਮਾਨ, ਜਿੰਨੀ ਦਰਸ਼ਨ ਪਾਇਆ ਜਿੰਨੀ ਤੁਧ ਨੂੰ ਧਨ ਕਿਹਾ, ਤਿੰਨ ਜਮ ਨੇੜ ਨਾ ਆਇਆ। ਜੇ ਰਹਿਣੀਆਂ ਵਿੱਚ ਰਹੋਗੇ ਤਾਂ ਜਮ ਕਿੱਧਰ ਆਉਣਗੇ ਤੁਹਾਡੇ ਕੋਲ? ਅਤੇ ਉਹ ਬੱਚਾ ਜਿਹੜਾ ਲਗਭਗ 5-6 ਮਹੀਨੇ ਤੋਂ ਸੋ ਨਹੀਂ ਪਾਉਂਦਾ ਸੀ, ਰਾਤ ਨੂੰ ਸੌਂਦਾ ਸੀ ਅਤੇ ਐਸਾ ਉਹਦਾ ਸਰੀਰ ਚਿਮਟ ਜਾਂਦਾ ਸੀ, ਕੋਈ ਪੜੋਸੀ ਦੀ ਛੱਤ 'ਤੇ ਜਾ ਕੇ ਇੱਕ ਦਿਨ ਸੌਂ ਗਿਆ ਸੀ ਅਤੇ ਉਸਨੂੰ ਐਸਾ ਉਹ ਰੋਗ ਲੱਗਿਆ। ਪਰ ਅੱਜ ਮਾਤਾ ਜੀ ਦੇ ਉਨ ਵਚਨਾਂ ਦੀ ਖਾਦ, ਉਸ ਨਿਗਾਹ ਦੀ ਬਰਕਤ, ਉਸ ਰਹਿਮਤ ਦੀ ਬਰਕਤ, ਜਦੋਂ ਵਾਪਸ ਗਿਆ ਉਹ ਵਚਨ ਲੈ ਕੇ ਅਤੇ ਜਿਸ ਤਰ੍ਹਾਂ ਮਾਤਾ ਜੀ ਨੇ ਦੱਸਿਆ ਸੀ, ਫਿਰ ਨਾ ਕੋਈ ਜੰਮ ਰਿਹਾ, ਨਾ ਕੋਈ ਕਾਲਾ ਜਾਦੂ ਰਿਹਾ। ਉਹ ਕਹਿੰਦਾ ਮੈਂ ਬਿਲਕੁਲ ਠੀਕ ਠਾਕ ਹਾਂ, ਉਸ ਤੋਂ ਬਾਅਦ ਕਦੀ ਉਹ ਸਮੱਸਿਆ, ਉਹ ਚੀਜ਼ ਆਈ ਨਹੀਂ ਅਤੇ ਅੱਜ ਤੱਕ ਮੈਂ ਬੇਫਿਕਰ ਹਾਂ। ਅਤੇ ਕਿਉਂ ਨਾ ਐਸੀ ਮਾਤਾ ਨੂੰ, ਐਸੇ ਸਾਹਿਬ ਸੰਤ ਮਾਤਾ ਜੀ ਨੂੰ ਕੋਟ ਕੋਟ ਨਮਸਕਾਰ ਕਰੀਏ, ਪਿਆਰ ਨਾਲ ਆਪਣੀ ਰਸਨਾ ਪਵਿੱਤਰ ਕਰੀਏ। ਧੰਨ ਧੰਨ ਸਾਹਿਬ ਸੰਤ ਮਾਤਾ ਜੀ, ਆਪ ਜੀ ਨੂੰ ਕੋਟ ਕੋਟ ਨਮਸਕਾਰ। ਅਤੇ ਉਹ ਇਹ ਕਹਿੰਦੇ ਸਨ, ਬੱਚਿਓ ਉਸ ਮਾਲਕ ਦੇ ਚਰਨ 'ਚ ਅਰਦਾਸ ਕਰਿਆ ਕਰੋ ਕਿ ਸਾਨੂੰ ਆਪਣੀ ਪਛਾਣ ਬਖਸ਼ੇ। ਇਹ ਘਰ ਗੁਰੂ ਨਾਨਕ ਦਾ ਘਰ ਹੈ, ਇੱਥੇ ਸਭ 9 ਨਿਧੀਆਂ, 18 ਸਿੱਧੀਆਂ, ਕਾਮ ਅਤੇ ਇਨਕਲਾ ਵਰਖ ਸਭ ਕੁਝ ਇੱਧਰ ਹਨ। ਸੰਸਾਰ ਦੇ ਭਰਮ ਵਿੱਚ ਨਹੀਂ ਪੈਣਾ, ਜੋ ਕੁਛ ਲੈਣਾ ਹੈ ਆਪਣੇ ਪਿਤਾ ਕੋਲ ਲੈਣਾ ਹੈ। ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ, ਸਭਨੀ ਥਾਈ ਤਾਂ ਪਉ ਕਿਹਾ ਕਾੜਾ ਜੀਓ। ਅਸੀਂ ਉਸ ਮਾਲਕ ਦੀ ਗੋਦ 'ਚ ਬੈਠੇ ਹਾਂ ਜੋ ਸਮਰੱਥ ਸਤਿਗੁਰੂ ਹੈ, ਜਿਸ ਕੋਲ ਸਾਰੀਆਂ ਖੁਸ਼ੀਆਂ ਹੀ ਖੁਸ਼ੀਆਂ ਹਨ। ਆਓ ਪਿਆਰ ਨਾਲ ਆਪਣੇ ਮਾਲਕ ਦੇ ਪਿਆਰ ਜੇ ਫਿਰ ਪੜੇ। ਮਾਧੋ ਸਾਧੂ ਜਨ ਦੇ ਹੋ ਮਿਲਾਏ, ਮਿਲਾਏ ਸਾਧੂ ਜਨ ਦੇ ਹੋ ਮਿਲਾਏ, ਦੇਖਤ ਦਰਸ ਪਾਪ ਸਭ ਨਾਸੈ, ਦੇਖਤ ਸਤਿਗੁਰੂ ਸੇਵਾ ਰਾਮ ਸਾਹਿਬ ਆਪ ਜੀ ਦੀ ਸਦਾ ਹੀ ਜੈ। ਧੰਨ ਧੰਨ ਸਾਹਿਬ ਸੰਤ ਮਾਤਾ ਜੀ, ਆਪ ਜੀ ਨੂੰ ਕੋਟ ਕੋਟ ਨਮਸਕਾਰ।